ਇਹ ਗੱਲ 25 ਸਾਲਾਂ ਦੀ ਹੈ। ਕਿਸੇ ਸਰੀਰ ਨੇ ਪੇਪਰ ਦਿੱਤੇ ਇਲੈਕਟ੍ਰੀਸ਼ਨ ਵਿਭਾਗ ਦੇ, ਜੋ ਵੀ ਪੜ੍ਹਾਈ ਹੁੰਦੀ ਉਹਦੇ ਅਸੀਂ ਲੋਡ ਕਰਕੇ ਉਹਦੇ ਪੇਪਰ ਦਿੱਤੇ ਵੀ ਬਿਜਲੀ ਵਿਭਾਗ 'ਚ ਮੈਨੂੰ ਨੌਕਰੀ ਦੇ। ਮਹਾਂਪੁਰਸ਼ਾਂ ਤੋਂ ਨੇਮ ਵੀ ਲਿਆ, ਮਹਾਂਪੁਰਸ਼ਾਂ ਕੋਈ ਨੇਮ ਦਿਓ ਨੌਕਰੀ ਨਹੀਂ। ਉਹਨਾਂ ਯਾਰਾਂ ਜਪਜੀਤ ਸਾਹਿਬ, ਯਾਰਾਂ ਚਪਈ ਸਾਹਿਬ ਦਿੱਤੇ ਰੋਜ਼ ਕੀਤੇ ਪੇਪਰਾਂ ਤੋਂ ਪਹਿਲੇ ਮਹੀਨਾ ਦੋ ਮਹੀਨੇ ਰਿਜ਼ਲਟ ਤੱਕ ਵੀ ਹੋ ਗਿਆ ਫੇਲ। ਗੱਲ ਸਮਝ, ਹੁਣ ਜੇ ਬੰਦਾ ਸੰਗਤ ਨਾ ਕਰਦਾ ਹੋਵੇ ਤੇ ਕਈ ਵਾਰੀ ਸਦਾ ਸਦਾ ਲਈ ਬਾਣੀ ਤੋਂ ਟੁੱਟ ਜਾਂਦਾ। ਅਸੀਂ ਇੰਨੇ ਪਾਠ ਕੀਤੇ ਤਾਂ ਵੀ ਫੇਲ ਹੋ, ਤਾਂ ਵੀ ਸਾਨੂੰ ਸਫਲਤਾ ਨਹੀਂ ਮਿਲੀ, ਤਾਂ ਵੀ ਨੌਕਰੀ ਨਹੀਂ ਮਿਲੀ। ਨਰ ਚਾਹਤ ਕਾ ਚੌਰ ਔਰੇ ਕੀ, ਚਾਹੁੰਦਾ ਬੰਦਾ ਕੁਝ ਹੈ ਕਰ ਕੁਝ ਦਿੰਦਾ। ਉਹਨੇ ਨਿਤਨੇਮ ਨਹੀਂ ਛੱਡਿਆ, ਬੰਦਗੀ ਨਹੀਂ ਛੱਡੀ, ਸਿਮਰਨ ਨਹੀਂ ਛੱਡਿਆ, ਅੰਮ੍ਰਿਤ ਵੇਲਾ ਨਹੀਂ ਛੱਡਿਆ, ਗੁਰੂ ਰਾਮਦਾਸ ਦੇ ਚਰਨ ਨਹੀਂ ਛੱਡੇ। ਮਹੀਨਾ ਦੋ ਮਹੀਨੇ ਮਨ ਨੂੰ ਗੱਲ ਲੱਗੀ ਪਰ ਉਹਨੂੰ ਗਿਆਨ ਨਾਲ ਮਾਰੀ ਗਿਆ। ਮਾਰਨਾ ਪੈਂਦਾ, ਮਾਰੀ ਗਿਆ। ਉਹ ਸ਼ਰਧਾ ਨਹੀਂ ਟੁੱਟਣੀ, ਪਤਾ ਨਹੀਂ ਅਸੀਂ ਕਹਿੰਦੇ ਹਾਂ ਜੇ ਅਜੇ ਉਹਦੀ ਅਜੇ ਨਹੀਂ ਮਰਜੀ। ਇਹੋ ਜਿਹੀ ਬਿੱਦ ਬਣੀ, ਤਿੰਨ ਚਾਰ ਮਹੀਨਿਆਂ ਬਾਅਦ ਇੱਕ ਜੱਜ ਦੀ ਪੜ੍ਹਾਈ ਹੁੰਦੀ ਹੈ, ਉਹ ਸ਼ੁਰੂ ਕਰਤੀ ਆਖੋ ਸਾਧਨਾ। ਹਾਂ, ਉਹ ਸ਼ੁਰੂ ਕਰਤੀ, ਜੋ ਵੀ ਜਿੰਨੇ ਸਮੇਂ ਦਾ ਉਹਦਾ ਪੀਰੀਅਡ ਹੁੰਦਾ, ਉਹ ਦੋ ਢਾਈ ਸਾਲ ਜੋ ਸਮਾਂ ਬਣ ਗਿਆ, ਜੱਜ ਦੀ ਨੌਕਰੀ ਦੇ ਪੇਪਰ ਦਿੱਤੇ ਤੇ ਸਫਲਤਾ ਮਿਲ ਗਈ ਆਖੋ ਸਾਧਨਾ। ਹੁਣ ਅੱਜ ਉਹ ਸੋਚਦਾ, ਅੱਜ ਸੋਚਦਾ ਕਹਿੰਦਾ ਉਦੋਂ ਮੈਂ ਮਨ ਚ ਫੁਰਨੇ ਬਣਦੇ ਸੀ, ਆਹ ਰੱਬਾ ਕੀ ਕੀਤਾ ਤੂੰ, ਮੈਂ ਇੰਨੇ ਪਾੜ ਕੀਤੇ ਬਿਜਲੀ ਦੇ, ਮੈਂ ਕਿਤੇ ਮੈਂ ਨੌਕਰੀ ਨਹੀਂ ਮਿਲੀ। ਇਹ ਗੱਲ 25 ਸਾਲਾਂ ਦੀ, ਹੁਣ ਉਹਨੂੰ ਜੱਜ ਬਣਿਆ ਬੜਾ ਚਿਰ। ਜਦੋਂ ਜੱਜ ਦੀ ਕੁਰਸੀ ਤੇ ਵਾਹਿਗੁਰੂ ਗੁਰੂ ਰਾਮਦਾਸ ਜੀ ਨੇ ਬਹਾਤਾ, ਉਦੋਂ ਫਿਰ ਕਹਿਣ ਲੱਗਾ ਬਈ ਹੋ ਸਕਦਾ ਮੈਂ ਫਿਰ ਬਿਜਲੀ ਮਹਿਕਮੇ ਵਿੱਚ ਇੱਕ ਆਮ ਸੀਟ ਤੇ ਬਹਿੰਦਾ। ਬਿਜਲੀ ਮਹਿਕਮੇ 'ਚ ਅਲੱਗ ਅਲੱਗ ਡਿਊਟੀਆਂ, ਵੱਡੀਆਂ ਵੀ ਨੇ ਛੋਟੀਆਂ ਵੀ ਨੇ, ਸ਼ੁਰੂ ਛੋਟੀ ਤੋਂ ਵੀ ਪਤਾ ਨਹੀਂ ਬਿਜਲੀ ਮਹਿਕਮੇ ਵਿੱਚ ਫਿਰ ਕਿੱਥੇ ਕਰਕੇ ਮੈਂ ਉੱਥੋਂ ਤੱਕ ਹੀ ਰਹਿਣਾ ਸੀ। ਪਰ ਮੈਨੂੰ ਕੀ ਪਤਾ ਸੀ ਵੀ ਤੂੰ ਉੱਥੋਂ ਫੇਲ ਕਰਾ ਕੇ ਤੂੰ ਮੈਨੂੰ ਜੱਜ ਦੀ ਕੁਰਸੀ ਤੇ ਬਣਾਉਣਾ। ਆਖੋ ਸਾਧਨਾ। ਹਾਂ, ਇਹ ਹੁਕਮ ਹੀ ਬੰਦਾ ਬਣਨਾ ਬੜਾ ਔਖਾ। ਆਖੋ ਸਾਧਨਾ। ਉਹਦੇ ਹੁਕਮ ਚੋਂ ਉਹ ਪਛਾਣਨਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੈ ਗੁਰੂ ਕਿਰਪਾ ਕਰੇ ਬਖਸ਼ਿਸ਼, ਕਿਸੇ ਗੱਲ ਨੂੰ ਪਲੱਸ ਪੁਆਇੰਟ ਲੈ ਜਾਓ ਤੇ ਉਧਰ ਚੱਲ ਜਾਏਗੀ, ਮਾਈਨਸ ਪੁਆਇੰਟ ਲੈ ਜਾਓ ਤੇ ਉਧਰ ਚੱਲ ਜਾਏਗੀ। ਵਾਹਿਗੁਰੂ ਸਾਰਿਆਂ ਨੂੰ ਦੇ ਰੋਕਤਾ ਬਖਸ਼ਿਸ਼। ਪਰ ਹੁਣ ਮੰਨ ਲਓ ਬਈ ਕਿਸੇ ਨੂੰ ਕੋਈ ਤਕਲੀਫ ਹੋ ਗਈ ਹੈ, ਗੋਡੇ ਵੀ ਦਰਦ ਹੈ, ਹੱਡੀ ਵੀ ਲੱਕ ਦੀ ਥੋੜੀ ਬਹੁਤੀ ਪ੍ਰੋਬਲਮ ਹੈ, ਹੋਰ ਵੀ ਇਹਨੂੰ ਮਾਈਨਸ ਪੁਆਇੰਟ ਲੈ ਜਾਓ, ਮੇਰੇ ਨਾਲ ਕੀ ਹੋ ਗਿਆ, ਮੈਂ ਬੈਡ ਤੇ ਹੋ ਗਿਆ,
ਮੇਰੇ ਨਾਲ ਇੰਜ ਹੋ ਗਿਆ, ਮੇਰੇ ਨਾਲ ਕੀ ਬਣ ਗਿਆ। ਜਿਹੜਾ ਹਾਲ ਪੁੱਛਣ ਆਏਗਾ, ਜਿਵੇਂ ਵੀ ਰਿਵਾਜ ਹੈ, ਇਹਨੂੰ ਪਲੱਸ ਪੁਆਇੰਟ ਲੈ ਜਾਓ। ਹੁਕਮੀ ਬੰਦਿਆਂ ਲਈ ਖੇਡ ਉਹ ਸੱਚਿਆ ਪਾਤਸ਼ਾਹ ਅੱਗੇ ਰੋਟੀ ਵੀ ਮੈਂ ਪਕਾਉਂਦੀ ਸਾਂ, ਆਟਾ ਵੀ ਮੈਂ ਗੁੰਨਦੀ ਸਾਂ, ਭਾਂਡੇ ਵੀ ਮੈਂ ਧੋਂਦੀ ਸਾਂ, ਕੱਪੜੇ ਵੀ ਮੈਂ ਧੋਂਦੀ ਸਾਂ। ਜਦੋਂ ਦਾ ਸਰੀਰ ਢਿੱਲਾ ਹੋਇਆ, ਹੁਣ ਸਾਰਾ ਹੀ ਕੰਮ ਪਰਿਵਾਰ ਦੇ ਬੱਚੇ ਜਾਂ ਜੋ ਵੀ ਕੋਈ ਨੂੰਹਾਂ ਨੇ ਕਿਹਦੀਆਂ ਬੇਟੀਆਂ ਨੇ ਆਪ ਹੀ ਕਰਦੀ ਹੈ। ਤੂੰ ਮੈਨੂੰ ਭਜਨ ਬੰਦਗੀ ਲਈ ਹੋਰ ਸਮਾਂ ਜ਼ਿਆਦਾ ਦੇ ਤਾ, ਆਖੋ ਸਤਨਾਮ। ਹੁਕਮ ਹੀ ਬੰਦਾ ਬਿਮਾਰੀ ਚੋਂ ਵੀ ਰਸ ਲਵ ਲਵ। ਹਿੰਦੂ ਧਰਮ ਦੇ ਮਹਾਂਪੁਰਸ਼ ਸੀ, ਮੈਂ ਉਹ ਜਿਕਰ ਉਹਨਾਂ ਦਾ, ਉਹ ਇਹੋ ਜਿਹਾ ਟਾਈਮ ਆ ਗਿਆ ਵੀ ਬੈੱਡ ਤੇ ਹੋ ਗਿਆ, ਸਾਰਾ ਕਿਰਿਆ ਜਿਹੜੀ ਸਰੀਰ ਦੀ ਨਾ ਉਹ ਵੀ ਬੈੱਡ ਤੇ, ਉਤਰ ਕੇ ਜਾ ਹੀ ਨਹੀਂ ਪਾਉਣਾ। ਉਹਨਾਂ ਦਾ ਇੱਕ ਸੇਵਕ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਵੀ ਲੇਡੀਜ਼ ਦਾ ਸੇਵਕ ਉਹਨਾਂ ਦੀ, ਉਹ ਕਥਾ ਕਰੇ ਤੇ 50-50 ਹਜ਼ਾਰ ਬੰਦਾ ਸੁਣਦਾ। ਉਹਨੇ ਆਪ ਸੁਣਾਇਆ, ਕਹਿੰਦੇ ਮੈਂ ਆਪਣੇ ਉਹਨਾਂ ਦਾ ਪਤਾ ਲੈਣ ਗਈ, ਇਹਨਾਂ ਕੋਲੋਂ ਮੈਂ ਦਾਤ ਲਈ ਹੋਈ ਹੈ, ਇਹਨਾਂ ਕੋਲ ਦਾਤ ਲਈ ਤੇ ਮੈਂ ਜਦੋਂ ਪਤਾ ਲੈਣ ਗਈ ਤੇ ਉਹ ਬੈੱਡ ਤੇ ਹੀ ਕਿਰਿਆ, ਲੈਟਰਿੰਗ ਬਾਥਰੂਮ ਸਭ ਬੈੱਡ ਤੇ ਹੀ। ਕਹਿੰਦੀ ਜਿਹੜੀ ਬੀਬੀ ਕਥਾ ਕਰਦੀ, ਉਹ ਕਹਿਣ ਲੱਗੀ ਵੀ ਮੈਂ ਉਹਨਾਂ ਨੂੰ ਕਿਹਾ ਬੜਾ ਔਖਾ ਵੇਲਾ ਆ ਗਿਆ ਤੁਹਾਡੇ ਤੇ, ਬੜਾ ਮਾੜਾ ਵੇਲਾ ਆ ਗਿਆ। ਕਹਿੰਦੇ ਉਹ ਬਿਸਤਰੇ ਤੇ ਪਏ ਹੁਕਮੀ ਜੀ, ਹੁਕਮੀ ਸੀ, ਕਹਿੰਦੇ ਬਿਸਤਰੇ ਪਏ ਮੈਨੂੰ ਕਹਿੰਦੇ ਕਹਿੰਦਾ ਮਾੜਾ ਵੇਲਾ, ਕਹਿੰਦਾ ਔਖਾ ਵੇਲਾ। ਮੇਰੇ ਬੀਠਲ ਨੇ ਮੈਨੂੰ ਫਿਰ ਬੱਚਾ ਬਣਾਤਾ, ਆਖੋ ਸਤਨਾਮ। ਜਿਵੇਂ ਬੱਚੇ ਨੂੰ ਚਿੰਤਾ ਹੀ ਕੋਈ ਨੀ ਹੁੰਦੀ, ਬੈੱਡ ਤੇ ਮਾਂ ਸੰਭਾਲਦੀ ਹੈ, ਕਿਰਿਆ ਮਾਂ ਸੰਭਾਲਦੀ, ਸਭ ਕੁਝ ਮਾਂ ਸੰਭਾਲਦੀ ਹੈ, ਮੇਰੇ ਬੀਠਲ ਨੇ ਮੈਨੂੰ ਬੱਚਾ ਬਣਾਤਾ, ਆਪੇ ਮੈਨੂੰ ਸੰਗਤ ਸੰਭਾਲ ਰਹੀ ਹੈ, ਸਭ ਕਿਰਿਆ ਕਰਮ ਵੀ ਸੰਭਾਲ ਰਹੀ ਹੈ, ਜੋ ਕੁਝ ਛਕਣਾ ਸਰੀਰ ਲਈ ਉਹ ਵੀ ਸਾਰਾ ਸੰਭਾਲ ਰਹੀ ਹੈ, ਮੇਰੇ ਬੀਠਲ ਨੇ ਤੇ ਮੈਨੂੰ ਬੱਚਾ ਬਣਾਤਾ, ਮੇਰੀਆਂ ਹੋਰ ਚਿੰਤਾ ਦੂਰ ਕਰਦੀ। ਦੇਖੋ ਬੈੱਡ ਤੇ ਸਾਰੀ ਕਿਰਿਆ ਵੀ ਬੈੱਡ ਤੇ, ਉਹਦੇ ਵਿੱਚੋਂ ਵੀ ਹੁਕਮੀ ਨੇ ਆਨੰਦ ਲੱਭ ਲਿਆ, ਆਖੋ ਸਤਨਾਮ। ਮੈਂ ਬੇਨਤੀ ਕਰ ਰਿਹਾ, ਖੇਡ ਔਖੀ ਹੈ ਪਰ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਵੇਂ ਉਹਨੇ ਕਿਨੂੰ ਇਸ ਚੀਜ਼ ਵਿੱਚ ਲਿਆ ਦੇਣਾ ਕਿ ਤੁਸੀਂ ਕੁਝ ਹੋਰ ਚਾਹੁੰਦੇ ਹੋ, ਕੁਝ ਹੋਰ ਗਿਆ। ਹੁਣ ਉੱਥੇ ਆ ਕੇ ਮਨ ਨੂੰ ਕਲਪਾਈ ਨਾ ਜਾ, ਉਹਦੇ ਜੋ ਕੁਝ ਹੋਰ ਹੋ ਗਿਆ ਨਾ ਉਹਦੇ ਵਿੱਚੋਂ ਸਮਝ ਲੱਭ, ਇਹਦੇ ਚ ਹੋਣਾ ਮੇਰਾ ਭਲਾ ਛੁਪਿਆ ਹੋਣਾ, ਆਖੋ ਸਤਨਾਮ। ਇਹਦੀ ਮੇਰਾ ਭਲਾ ਛੁਪਿਆ, ਨਰ ਚਾਹਤ ਕਛ ਔਰ ਕੀ ਔਰੇ ਜਿਤਵਤ ਰਹੇ ਉਠ ਗੌਰ ਨਾਨਕ ਫਾਸੀ। ਜਿਹੜਾ ਮਨਮੁਖ ਬੰਦਾ ਹੈ ਉਹਦੇ ਚਿੱਤ ਵਿੱਚ ਹਰ ਵੇਲੇ ਠੱਗੀਆਂ ਚਲਾਕੀਆਂ ਚੁਸਤੀਆਂ, ਇੰਜ ਕਰਾਂ ਤੇ ਇੰਜ ਕਰ ਲਾਂ, ਇੰਜ ਕਰਾਂ ਤੇ ਇੰਜ ਕਰ ਲਾਂ, ਉਹਦੇ ਰਸ ਨੂੰ ਆਨੰਦ ਨੂੰ ਹੁਕਮ ਨੂੰ ਨਹੀਂ ਪਛਾਣਦਾ ਤੇ ਇਹਦੇ ਵਿੱਚ ਹੀ ਵਿਚਰਦਾ ਰਹਿੰਦਾ ਤੇ ਇੱਕ ਦਿਨ ਜਮਾਂ ਦੀ ਫਾਸੀ ਗੱਲ ਚ ਪੈ ਜਾਂਦੀ ਹੈ। 39ਵਾਂ ਸਲੋਕ, ਯਤਨ ਬਹੁਤ ਸੋਹ ਕੇ ਕੀਏ ਦੋਹ ਤੋ ਕੀਓ ਨਾ ਕੋਏ, ਕੋ ਨਾਨਕ ਸੁਣ ਰੇ ਮਨਾ ਹਰ ਬਾਵੇ ਸੋਏ, ਕੋ ਨਾਨਕ ਸੁਣ ਰੇ ਮਨਾ ਹਰ ਬਾਵੇ ਸੋਏ।